ਅਸਲਾਮ ਅਲੈਕਮ ਜੀ ਅਸਲਾਮ ਅਲੈਕਮ ਪਾਕਿਸਤਾਨੀਓ ਤੁਸਾਂ ਪਹਤਕਣੇ ਹੋ ਪੰਜਾਬੀ ਸਕਾਫਤ YouTube ਚੈਨਲ ਸਾਡੇ ਪਾਕਿਸਤਾਨ ਵਿੱਚ ਇਤਨੇ ਕੀ ਫਰਾਡ ਸ਼ੁਰੂ ਹੋ ਚੁਕੇ ਨਾ ਇਤਨੇ ਬੰਦੇ ਨੇ ਸਿਰੇ ਨੇ ਬਾਲ ਨਹੀਂ ਹੋਣੇ ਜਿੰਨੇ ਫਰਾਡੀ ਇਹ ਬੈਠੇ ਹੋਣ ਉਹ ਪੰਜਾਬੀ ਦੀ ਮਿਸਾਲ ਹੈ ਕਿ ਇਟ ਪਟੋ ਨਾ ਹਰ ਵਟਾ ਪਟੋ ਤੇ ਥੱਲੇ ਫਰਾਡੀ ਬੈਠੇ ਆ ਲੇਕਿਨ ਦੋ ਚਾਰ ਫਰਾਡ ਜਿਹੜੇ ਉਹ ਜ਼ਿਆਦਾ ਹੋ ਰਹੇ ਨੇ ਕਾਫੀ ਦੋਸਤ ਆਬਾਬ ਨੇ ਮੈਸੇਜ ਵੀ ਆ ਚੁੱਕੇ ਨੇ ਤੇ ਉਹਨਾਂ ਕਿਹਾ ਕਿ ਭਾਈ ਜਾਨ ਕੋਈ ਵੀਡੀਓ ਬਣਾਓ ਤੇ ਉਹ ਮੈਂ ਤੁਹਾਨੂੰ ਦੱਸਣਾ ਚਾਹਣਾ ਵਾਂ ਕਿ ਸਭ ਤੋਂ ਪਹਿਲਾ ਫਰਾਡ ਤੇ ਜਿਹੜਾ ਹੋ ਰਿਹਾ ਸੋਦੀ ਅਰਬ ਵਿੱਚ ਇੱਕ ਕੰਪਨੀ ਆ ਲਮਰਾਈ ਜਿਹੜੀ ਦੁੱਧ ਦਹੀਂ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਵਾ ਉਹ ਬਣਾਣੀ ਹੈ ਉਹ ਪਾਕਿਸਤਾਨ ਵੀਜ਼ੇ ਕੋਈ ਨਹੀਂ ਭੇਜਣੀ ਹੁਣ ਇਸ ਟਾਈਮ ਲੇਕਿਨ ਫੇਸਬੁੱਕ ਔਰ ਸੋਸ਼ਲ ਮੀਡੀਆ ਪਰ ਉਹਨਾਂ ਨੇ ਇਤਨੇ ਸਾਰੇ ਇਸ਼ਤਿਹਾਰ ਅਪਲੋਡ ਹੋ ਰਹੇ ਹੋਣੇ ਨਾ ਕਿ ਲੋਕ ਕਿੰਨੇ ਬੰਦੇ ਮੇਰੇ ਨਾਲ ਤਿੰਨ ਚਾਰ ਬੰਨਿਆ ਰਾਬਤਾ ਕੀਤਾ ਜਿਨ੍ਹਾਂ ਕਿਹਾ ਕਿ ਸਾਡਾ 20 20 25 25 ਹਜ਼ਾਰ ਨਾਲ ਨੁਕਸਾਨ ਹੋ ਚੁੱਕਿਆ ਵਾ ਤੇ ਅਲਮਰਾਈ ਕੰਪਨੀ ਨਾ ਵੀਜ਼ੇ ਦੇਣੀ ਹੈ ਨਾ ਉਹਨਾਂ ਨੇ ਜਾਣਨ ਔਰ ਬਹੁਤ ਅੱਛੀ ਕੰਪਨੀ ਹੈ ਅਗਰ ਉਹ ਉਸਨੇ ਪਾਕਿਸਤਾਨ ਵੀਜ਼ੇ ਜਾਣ ਉਹਨਾਂ ਕੀ ਇਸ ਚੀਜ਼ ਨਹੀਂ ਐਡਵਰਟਾਈਜ਼ਮੈਂਟ ਕਰਨੇ ਦੀ ਜ਼ਰੂਰਤ ਹੀ ਕੋਈ ਨਹੀਂ ਇਤਨੇ ਸਾਰੇ ਉਹਨਾਂ ਨੇ ਉਮੀਦਵਾਰ ਹੋਣੇ ਨੇ ਲੇਕਿਨ ਇਹ ਸਭ ਫਰਾਡ ਹੈ ਜਿੰਨੇ ਫੇਸਬੁੱਕ ਉੱਪਰ ਜਾਂ ਸੋਸ਼ਲ ਮੀਡੀਆ ਕਿਸੇ ਐਪ ਤੇ ਵੀ ਕਿਸੇ ਕਿਸਮ ਨੇ ਕੋਈ ਇਸ਼ਤਿਹਾਰ ਆਉਣੇ ਨੇ ਉਹ ਕਿਸੇ ਕਿਸਮ ਨੇ ਕੋਈ ਉਸ ਵਿੱਚ ਸਚਾਈ ਨਹੀਂ ਉਸ ਤੋਂ ਇਲਾਵਾ ਦੂਸਰਾ ਜਿਹੜਾ ਫਰਾਡ ਅੱਜ ਕੱਲ ਹੋ ਰਿਹਾ ਵਾ ਆਨਲਾਈਨ ਉਹ ਇਹ ਹੋ ਰਿਹਾ ਵਾ ਕਿ खाना का और मस्जिद नबी ने खिदमत वास्ती अरमैन शर् खादमीन वास्ती भीजयानी इश्तारबाजी हो रही है वह भी सब झूठ है किसा किस्म ने कोई वीजे नहीं निकल रहे किस किस्म ने बेशुमार लोगों इस हवाले न फराड हो चुका मेरा एक दोस्त है उस नकरीबन भी न फराड हो चुका व ठीक है ਉਹ ਕਾਫੀ سارے ਉਹਨਾਂ ਕੀ ਬੰਦੇ ਚਾਹੀਨੇ ਸਨ ਉਸ ਬੰਦੇ ਉਹਨਾਂ ਕੀ ਪੈਸੇ ਜਮ੍ਹਾਂ ਕਰਾ ਦਿੱਤੇ ਇਤਨੇ ਬੰਨਿਆਂ ਨੇ ਲੇਕਿਨ ਉਹ ਬੰਦੇ ਜਿਹੜੇ ਨੇ ਉਹ ਫਰਾਡ ਕਰਕੇ ਉਹਨਾਂ ਨਾਲ ਨਾਸ ਗਏ ਇਸ ਵਜ੍ਹਾ ਤੋਂ ਤੁਸੀਂ ਇਸ ਚੀਜ਼ ਨੂੰ ਅੰਦਾਜ਼ਾ ਲਾ ਲਓ ਪਾਕਿਸਤਾਨ ਸਾਡੇ ਵਿੱਚ ਅਗਰ ਇੱਕ ਕੰਪਨੀ ਨੇ 사ਉਦੀਆ ਤੋਂ ਜਾਂ ਕਿਸੇ ਮੁਲਕ ਤੋਂ ਵੀਜ਼ੇ ਜਾਣੇ ਅਗਰ 5 ਵੀਜ਼ੇ ਤੇ 500 ਬੰਦਾ ਉੱਥੇ ਉਮੀਦਵਾਰ ਬੈਠੇ ਆਣਾ ਹੈ ਇਸ਼ਤਿਹਾਰਬਾਜ਼ੀ ਨਹੀਂ ਤੇ ਉਹਨਾਂ ਚੀਜ਼ਾਂ ਦੀ ਜ਼ਰੂਰਤ ਹੋਣੀ ਹੈ ਜਿਹੜੀ ਕੋਈ ਚੀਜ਼ ਬਿਕੈ ਨਾ ਫਰੋਖਤ ਨਾ ਹੋਵੇ ਤੇ ਪਾਕਿਸਤਾਨ ਵਿੱਚ ਵੀਜ਼ਾ ਇੱਕ ਜਾਣਾ ਵਾ 15 ਬੰਦੇ ਬੈਠੇ ਹੋਣੇ ਤੇ ਅਗੂ ਲਾਲੋ ਸਾਹਿਬ ਇਤਨੇ ਚੰਗੇ ਵੀਜ਼ੇ ਖਦਮੀਨ ਨੇ ਉਸਤਲਾ ਵਾਲ ਮਰਾਈ ਕੰਪਨੀ ਨੇ ਅੱਗੇ ਇੱਕ ਬੜੀ ਬੜੀ ਲੋਕ ਕਲਾਸ ਕੰਪਨੀ ਨੇ ਵੀਜ਼ੇ ਜਾਣੇ ਤਾਂ ਕਿ ਉਮੀਦਵਾਰ ਬੈਠੇ ਹੋਣੇ ਨੇ ਤੇ ਤੁਸੀਂ ਲਾਲੋ ਅੰਦਾਜ਼ਾ ਕਿ ਇਤਨੀ ਅੱਛੀ ਕੰਪਨੀ ਨੇ ਵੀਜ਼ੇ ਜਾਣ ਤੇ ਕਾ ਸ਼ੱਕ ਹੈ ਅੱਗੇ ਉਮੀਦਵਾਰ ਨਹੀਂ ਹੋਣੇ ਇਸ ਵਜ੍ਹਾ ਤੁਆਕੇ ਇਹਨਾਂ ਦੋ ਚੀਜ਼ਾਂ ਦੇ ਇਤਿਆਹਾਤ ਕਰੋ ਦੋਏ ਫਰਾਡ ਨਾਲ ਮਰਾਇ ਨੇ ਵੀਜ਼ੇ ਜਾਣਨ ਔਰ ਨਾ ਹਰਮ ਪਾਕ ਨੇ ਵੀਜ਼ੇ ਜਾਣਨ ਕਿਸੇ ਕਿਸਮ ਨਾ ਅਗਰ ਕੋਈ ਤੁਹਾਡੇ ਨਾਲ ਰਾਬਤਾ ਬੰਨਦਾ ਫੇਸਬੁੱਕ ਲੀਆ ਕਿਸੇ ਨੇ ਥਰੂ ਕਰਨਾ ਉਹ ਸਭ ਫਰਾਡ ਹੈ ਟੋਟਲ ਫਰਾਡ ਹੈ ਕਿਉਂਕਿ ਹੋ ਚੁੱਕਿਆ ਹੈ ਮੇਰੇ ਜਾਣਨ ਵਾਲੇ ਕਾਫੀ ਸਾਰੇ ਦੋਸਤ ਸਬਾਬ ਨਾਲ ਇਹ ਫਰਾਡ ਹੋ ਚੁੱਕਿਆ ਹੈ ਔਰ ਉਹਨਾਂ ਨੇ ਕਹਿਣੇ ਤਾਂ ਮੈਂ ਵੀਡੀਓ ਬਣਾ ਰਿਹਾ ਹਾਂ ਇਸ ਵਜ੍ਹਾ ਤੂੰ ਆ ਕੇ ਬਿਲਕੁਲ ਕਿਸੇ ਬੰਦੇ ਨਾਲ ਰਾਬਤਾ ਨਹੀਂ ਕਰਨਾ ਅਗਰ ਤੁਹਾਨੂੰ ਕੋਈ ਬੰਦਾ ਪਾਕਿਸਤਾਨ ਤੋਂ 사ウਦੀਆ ਆਉਣਾ ਚਾਹਣਾ ਹੈ اسلام آباد ਪਿੰਡੀ ਲਾਹੌਰ ਬੇਸ਼ਮਾਰ ਏਜੰਸੀਆਂ ਤੁਸੀਂ ਉਹਨਾਂ ਕੋਲ ਜਾਓ ਰਜਿਸਟਰਡ ਏਜੰਸੀਆਂ ਉਹਨਾਂ ਕੋਲ ਜਾਓ ਉਹਨਾਂ ਕੋਲ ਜਾ ਕੇ ਵੀਜ਼ੇ ਮਿਲ ਸਕਣੇ ਲੇਕਿਨ ਜਿਹੜੇ ਹੈ ਸੋਸ਼ਲ ਮੀਡੀਆ ਪਰ ਜਿਹੜੇ ਇਸ਼ਤਿਹਾਰ ਬਾਜ਼ੀ ਨੇ ਥਰੂ ਤੁਹਾਡੇ ਨਾਲ ਰਾਬਤਾ ਕਰਨ ਉਹ ਬਿਲਕੁਲ ਸਭ ਫਰਾਡ ਹੈ ਫਰਾਡ ਹੈ ਫਰਾਡ ਹੈ ਕੱਲ ਅਗਰ ਤੁਹਾਡੇ ਨਾਲ ਫਰਾਡ ਹੋ ਸਕਣਾ ਨੁਕਸਾਨ ਹੋ ਸਕਣਾ ਤਾਂ ਤੁਸੀਂ ਉਸ ਚੀਜ਼ ਨੇ ਖੁਦ ਜ਼ਿੰਮੇਦਾਰ ਹੋਸੋ ਬਿਲਕੁਲ ਉਹ بڑے بڑے ਇਹ ਪਲੇਮਾਨ ਤਰੀਕੇ ਨਾਲ ਤੁਹਾਨੂੰ ਓਕੇ ਕਰਨੇ ਨਹੀਂ ਕੋਸ਼ਿਸ਼ ਕਰਨੇ ਲੇਕਿਨ ਤੁਸੀਂ ਉਹਨਾਂ ਦੀ ਬਿਲਕੁਲ ਗੱਲਾਂ ਵਿੱਚ ਨਹੀਂ ਆਉਣਾ ਉਹ ਸਭ ਫਰਾਡ ਹੈ ਇਸ ਵਜ੍ਹਾ ਤੂੰ ਆਕਾ ਮਿਹਰਬਾਨੀ ਕਰਕੇ ਤੁਸੀਂ ਅਗਰ ਆਉਣਾ ਚਾਹਣਿਓ ਤਾਂ ਤੁਸੀਂ オリジナル ਤਰੀਕੇ ਨਾਲ ਏਜੰਸੀਆਂ ਵਿੱਚ ਜਾਓ ਇੰਟਰਵਿਊ ਦਿਓ ਟੈਸਟ ਦਿਓ ਆਪਣੀ ਸੀਵੀ ਜਮ੍ਹਾਂ ਕਰਾਓ ਉਸ ਤੋਂ ਬਾਅਦ ਤੁਸੀਂ ਉਹ ਜਦੋਂ ਵੀਜ਼ਾ ਨਿਕਲਣਾ ਕਿਸੇ ਕੰਪਨੀ ਨਾਲ ਮੈਂ ਤੁਹਾਨੂੰ ਕਾਲ ਕਰਸਣ ਇਹ ਜਿਹੜੇ ਇਸ਼ਤਿਹਾਰਬਾਜ਼ੀ ਜੈਂਟ ਨੂੰ ਉਹਨਾਂ ਤੋਂ ਆਪਣੇ ਆਪ ਕੀ ਬਚਾ ਕੇ ਰੱਖੋ ਬਹੁਤ ਸ਼ੁਕਰੀਆ ਜੀ